दर्शकों पंजाब प्लस चैनल ते तुहाड़ा स्वागत है। अज असीं आए हां विद्या दी दानी संस्था गुरु नानक देव पब्लिक हाई स्कूल जिहड़ा कि भगता भाई नथाना रोड दे उत्ते स्थित हैगा। ਸ਼ਖਸੀਅਤ ਇਸ ਤਰ੍ਹਾਂ ਦੀ ਸੀ ਜੀ, ਲੋਕ ਬਹੁਤ ਵੱਡਾ ਵਿਸ਼ਵਾਸ ਕਰਦੇ ਸੀ ਇਹਨਾਂ 'ਤੇ। ਜਿਹੜਾ ਵੀ ਕੋਈ ਆ ਜਾਂਦਾ ਇਹਨਾਂ ਨੇ ਕਦੇ ਐਂ ਨਹੀਂ ਦੇਖਿਆ ਸੀ ਵੀ ਇਹ ਅਮੀਰ ਹੈ ਜਾਂ ਗਰੀਬ ਹੈ। ਸਭ ਨੂੰ ਇੱਕੋ ਜਿਹੀ ਸਿੱਖਿਆ ਇਹਨਾਂ ਨੇ ਦੇਣੀ। ਸਕੂਲ ਦੇ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਆਪ ਇਹਨਾਂ ਨੇ ਕਰਾਉਣੇ, ਸਾਇੰਸ ਪ੍ਰੈਕਟੀਕਲ ਆਪ ਮਤਲਬ ਕੈਸਾ ਤਿਆਰ ਕਰਕੇ ਅਤੇ ਖੁਦ ਅਤੇ ਬੱਚਿਆਂ ਨੂੰ ਪ੍ਰੈਕਟੀਕਲ ਕਰਵਾਉਣੇ ਅਤੇ ਆਪ ਨਾਟਕ ਲਿਖ ਕੇ ਬੱਚਿਆਂ ਨੂੰ ਨਾਟਕ ਆਪ ਤਿਆਰ ਕਰਨੇ, ਆਪ ਹੀ ਉਹਨਾਂ ਨੂੰ ਸਭ ਕੁਛ ਕਰਾਉਣਾ ਜੀ। ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿੱਦਿਆ ਦੀ ਦਾਨੀ ਸੰਸਥਾ ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਜਿਹੜਾ ਕਿ ਭਗਤਾ ਭਾਈ ਨਥਾਣਾ ਰੋਡ ਦੇ ਉੱਤੇ ਸਥਿਤ ਹੈਗਾ। ਔਰ ਆਪਾਂ ਦੇਖ ਸਕਦੇ ਕਿ ਇਹ ਬੂਟਾ ਲੇਟ ਸ਼੍ਰੀ ਕਰਮਜੀਤ ਸਿੰਘ ਜੀ ਯੋਗਾ ਨੇ ਆਪਣੇ ਘਰ ਕਮਲਾਂ ਦੇ ਨਾਲ ਲਗਾਇਆ। ਸਾਰੀ ਜ਼ਿੰਦਗੀ ਵਿੱਦਿਆ ਦਾ ਦਾਨ ਦਿੱਤਾ, ਪਹਿਲਾਂ ਸਰਕਾਰੀ ਸਰਵਿਸ 'ਚ ਰਹੇ ਔਰ ਉਸ ਤੋਂ ਬਾਅਦ 'ਚ ਇਹ ਜਿਹੜੀ ਹੈਗੀ ਆ ਸੰਸਥਾ ਉਹਨੂੰ ਵਧਣ ਫੁੱਲਣ ਦੇ ਵਿੱਚ ਉਹਦੇ 'ਚ ਦਿਨ ਰਾਤ ਦੀ ਮਿਹਨਤ ਕਰਕੇ ਇਹਨੂੰ ਇੱਕ ਐਸਾ ਸੰਸਥਾ ਬਣਾਈ ਜਿਹਦੇ ਵਿੱਚ ਹਰ ਤਰ੍ਹਾਂ ਦੀ ਬੱਚਿਆਂ ਦੀ ਡਿਵੈਲਪਮੈਂਟ, ਇਕੱਲੀ ਉਹਨਾਂ ਦੀ ਪੜ੍ਹਾਈ ਨਹੀਂ, ਉਹਦੇ ਨਾਲ ਖੇਡਣਾ, ਉਹਦੇ ਨਾਲ ਕਲਚਰਲ ਐਕਟੀਵਿਟੀਜ਼, ਉਹਦੇ ਨਾਲ ਕਰੈਕਟਰ ਬੈਲਟ, ਉਹਨਾਂ ਨੂੰ ਚੰਗੇ ਇਨਸਾਨ ਬਣਨ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਸਾਡੇ ਸਕੂਲ ਦੀ ਬਿਲਡਿੰਗ ਜਿਹੜੀ ਕਿ ਅੰਦਰੋਂ ਆਪਾਂ ਦੇਖ ਸਕਦੇ ਗ੍ਰੀਨਰੀ ਦੇ ਨਾਲ ਲੈਸ ਹੈ, ਇਹ ਜਿਹੜਾ ਹੈਗੇ ਆ ਕੈਂਪਸ ਹੈਗਾ ਜਿਹਦੇ ਵਿੱਚ ਚਾਰੇ ਪਾਸੇ ਗ੍ਰੀਨਰੀ ਗ੍ਰੀਨਰੀ ਆ, ਕਿਉਂਕਿ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਆਪਾਂ ਨੂੰ ਪਤਾ ਲੱਗਿਆ ਕਿ ਗ੍ਰੀਨਰੀ ਦੀ ਕੀ ਵੈਲਿਊ ਹੈਗੀ ਆ। ਔਰ ਇਹ ਸਕੂਲ ਵਿੱਚ ਹਮੇਸ਼ਾ ਇਹ ਕਹਿੰਦੇ ਵੀ ਰੁੱਖ ਲਗਾਓ ਅਤੇ ਵਾਤਾਵਰਨ ਵਿੱਚ। ਡਾਇਰੈਕਟਰ ਮੈਡਮ ਕੀ ਕਹਿਣਾ ਚਾਹੋਗੇ ਕਿ ਇਹ ਬੂਟਾ ਜਿਹੜਾ ਕਰਮਜੀਤ ਸਿੰਘ ਜੀ ਨੇ ਆਪਣੇ ਘਰ ਕਮਲਾਂ ਦੇ ਨਾਲ ਲਗਾਇਆ, ਜਿਹੜਾ ਕਿ 1993 ਤੋਂ ਇਹ ਜਿਹੜੀ ਸੇਵਾ ਦਾ ਕੇਂਦਰ ਖੋਲ੍ਹਿਆ ਗਿਆ ਔਰ ਇਹਦੇ ਵਿੱਚ ਕਮਰਸ਼ੀਅਲਾਈਜੇਸ਼ਨ ਨਹੀਂ ਬਲਕਿ ਬੱਚਿਆਂ ਨੂੰ ਵਿੱਦਿਆ ਦਾ ਦਾਨ। ਔਰ ਉਸ ਟਾਈਮ ਦੇ ਉੱਤੇ ਇਸ ਏਰੀਆ ਦੇ ਵਿੱਚ ਪੇਂਡੂ ਬੱਚੇ ਜਿਹੜੇ ਹੈਗੇ ਹਿੱਸਾ ਨਹੀਂ ਪੇ ਕਰ ਸਕਦੇ ਸੀ, ਉਹਨਾਂ ਨੂੰ ਵੀ ਇਸ ਸਕੂਲ ਦੇ ਵਿੱਚ ਪੜ੍ਹਨ ਦਾ ਵਧੀਆ ਤਰੀਕੇ ਦੇ ਨਾਲ ਮੌਕਾ ਮਿਲਿਆ। ਕੀ ਕਹਿਣਾ ਚਾਹੋਗੇ? ਇਹਨਾਂ ਦੀ ਤਾਂ ਸ਼ਖਸੀਅਤ ਇਸ ਤਰ੍ਹਾਂ ਦੀ ਸੀ ਜੀ, ਲੋਕ ਬਹੁਤ ਵੱਡਾ ਵਿਸ਼ਵਾਸ ਕਰਦੇ ਸੀ ਇਹਨਾਂ 'ਤੇ। ਜਿਹੜਾ ਵੀ ਕੋਈ ਆ ਜਾਂਦਾ ਇਹਨਾਂ ਨੇ ਕਦੇ ਐਂ ਨਹੀਂ ਦੇਖਿਆ ਸੀ ਵੀ ਇਹ ਅਮੀਰ ਹੈ ਜਾਂ ਗਰੀਬ ਹੈ। ਸਭ ਨੂੰ ਇੱਕੋ ਜਿਹੀ ਸਿੱਖਿਆ ਇਹਨਾਂ ਨੇ ਦੇਣੀ। ਸਕੂਲ ਦੇ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਆਪ ਇਹਨਾਂ ਨੇ ਕਰਾਉਣੇ, ਸਾਇੰਸ ਪ੍ਰੈਕਟੀਕਲ ਆਪ ਮਤਲਬ ਗੈਸਾਂ ਤਿਆਰ ਕਰਕੇ ਖੁਦ ਅਤੇ ਬੱਚਿਆਂ ਨੂੰ ਪ੍ਰੈਕਟੀਕਲ ਕਰਾਉਣੇ ਅਤੇ ਆਪ ਨਾਟਕ ਲਿਖ ਕੇ ਬੱਚਿਆਂ ਨੂੰ ਨਾਟਕ ਆਪ ਤਿਆਰ ਕਰਨੇ, ਆਪ ਹੀ ਉਹਨਾਂ ਨੂੰ ਸਭ ਕੁਛ ਕਰਾਉਣਾ ਜੀ। ਡਾਕਟਰ ਮੈਡਮ ਕੀ ਕਹਿਣਾ ਚਾਹੋਗੇ ਕਿ ਇੱਥੇ ਜਿਹੜਾ ਇੱਕ ਵਾਰੀ ਆ ਗਿਆ ਉਹ ਸਕੂਲ ਦੇ ਨਾਲ ਅਟੈਚ ਹੋ ਗਿਆ, ਜਿੱਦਾਂ ਇੱਥੇ ਉਹਦੀ ਪ੍ਰਿੰਸੀਪਲ ਮੈਡਮ ਨੇ ਜਿਹੜੇ ਉਹਨਾਂ ਨੂੰ ਵੀ 28 ਸਾਲ ਦੇ ਤਕਰੀਬ ਜਿਹੜਾ ਹੈਗਾ ਅਰਸਾ ਹੋ ਗਿਆ, ਜਿਹੜਾ ਬੰਦਾ ਇੱਕ ਵਾਰੀ ਆ ਗਿਆ ਸਕੂਲ ਦਾ ਹੀ ਬਣ ਕੇ ਰਹਿ ਗਿਆ। ਔਰ ਤੁਸੀਂ ਵੀ ਉਹਨਾਂ ਨੂੰ ਉਨਾ ਹੀ ਪਿਆਰ ਕਰਿਆ ਔਰ ਪ੍ਰਿੰਸੀਪਲ ਨੇ ਵੀ ਸਕੂਲ ਨੂੰ ਆਪਣਾ ਘਰ ਸਮਝ ਕੇ ਹੀ ਸੇਵਾ ਕੀਤੀ। ਹਾਂਜੀ ਠੀਕ ਹੈ, ਬਿਲਕੁਲ ਜੇ ਸਾਡੇ ਕੋਲ ਹੁਣ ਕਾਫੀ ਸਟਾਫ ਮੈਂਬਰਸ ਹੈ, ਸਾਡਾ ਇੱਕ ਪਰਿਵਾਰ ਹੈ ਜੀ, ਨਾ ਕਿ ਅਸੀਂ ਸਟਾਫ ਮੈਂਬਰ ਜਾਂ ਮੁਲਾਜ਼ਮ ਸਮਝਦੇ ਹਾਂ ਕਿਸੇ ਨੂੰ, ਅਸੀਂ ਕਹਿੰਦੇ ਸਾਡਾ ਪਰਿਵਾਰ ਹੈ ਜੀ। ਪਰਿਵਾਰ ਦੇ ਵਿੱਚ ਬੈਠ ਕੇ ਅਸੀਂ ਜੋ ਵੀ ਗੱਲ ਕਰਨੀ ਹੈ, ਹੁਣ ਤੁਹਾਡੇ ਨਾਲ ਵੀ ਦੇਖੋ ਜੀ ਗੱਲ ਕੀਤੀ ਹੈ ਤਾਂ ਸਾਰੇ ਪਰਿਵਾਰ ਨਾਲ ਬੈਠ ਕੇ ਅਸੀਂ ਗੱਲ ਕੀਤੀ ਹੈ ਵੀ ਆਪਾਂ ਇਸ ਤਰ੍ਹਾਂ ਇੰਟਰਵਿਊ ਲੈਣ ਆਏ ਹੈ ਵੀ ਆਪਾਂ ਕਰੀਏ ਜਾਂ ਨਹੀਂ ਕਰੀਏ। ਸਾਡੇ ਪਰਿਵਾਰ ਨਾਲ ਰਹਿ ਕਰਕੇ ਹੀ ਅਸੀਂ ਸਾਰਾ ਕੰਮ ਕਰਦੇ ਹਾਂ, ਇਹ ਸਾਡਾ ਪਰਿਵਾਰ ਹੈ ਨਾ ਕਿ ਸਾਡੇ ਮੁਲਾਜ਼ਮ ਹੈ। ਉਹਦੇ ਬਾਰੇ ਸਾਨੂੰ ਦੱਸੋ ਵੀ ਕਿਵੇਂ, ਕਿੰਨੇ ਸਾਲ ਪਹਿਲਾਂ ਵੀ ਤੁਸੀਂ ਕ੍ਰੀਏਟਿਵ ਸੀਗੇ? ਹਾਂਜੀ ਉਹ ਸਮੇਂ ਦੇ ਵਿੱਚ ਤਾਂ ਕ੍ਰੀਏਟਿਵਿਟੀ ਘੱਟ ਸੀਗੀ, ਪਰ 19 ਸਾਲ ਪਹਿਲਾਂ ਵੀ ਤੁਸੀਂ ਕਿਵੇਂ ਕ੍ਰੀਏਟਿਵ ਸੀ ਉਹਦੇ ਬਾਰੇ ਦੱਸੋ। ਕ੍ਰੀਏਟਿਵ ਸਾਨੂੰ ਬਹੁਤ ਐਗਜ਼ਾਈਟੀ ਸੀ ਵੀ ਸਾਡੇ ਬੱਚੇ ਵੀ ਜਿਸ ਤਰ੍ਹਾਂ ਦੂਜੇ ਸਕੂਲਾਂ ਦੇ ਬੱਚੇ ਆਉਂਦੇ ਆ ਟੀ ਵੀ ਦੇ ਵਿੱਚ ਵੀ ਸਾਡੇ ਬੱਚੇ ਵੀ ਆਉਣ। ਜੋੜਾ ਜੀ ਸਾਡੇ ਨਾਲ ਕੁਦਰਤੀ ਇਹਦੇ ਪਾਪਾ ਨਾਲ ਅਟੈਚ ਸੀਗੇ ਅਤੇ ਉਹ ਕਹਿੰਦੇ ਵੀ ਮੈਂ ਕਵਰ ਕਰਕੇ ਜਾਊਂ ਸਕੂਲ ਅਤੇ ਤੁਸੀਂ ਨਾ ਵੀ ਸਰ ਤਿਆਰ ਰਹੋ। ਇਹ ਕਿਹੜੇ ਸਾਲ ਦੀ ਗੱਲ ਆ ਮੈਡਮ? ਇਹ ਸਾਡੇ ਕੋਲ ਹੈਗੀ ਹੈ 92 ਦੀ ਗੱਲ ਹੈ ਸਰ। ਦਰਸ਼ਕ ਆਪਾਂ ਦੇਖ ਸਕਦੇ ਕਿ 31 ਸਾਲ ਪਹਿਲਾਂ ਵੀ ਕ੍ਰੀਏਟਿਵਿਟੀ ਉਸ ਟਾਈਮ ਦੇ ਉੱਤੇ, ਹਾਂਜੀ ਇਹ ਉਹ ਸਕੂਲ ਆ ਜਿਹਨੇ ਬੱਚਿਆਂ ਨੂੰ ਕ੍ਰੀਏਟਿਵ ਬਣਾਇਆ। 31 ਸਾਲ ਪਹਿਲਾਂ ਵੀ ਬੱਚਿਆਂ ਨੇ ਜਿਹੜਾ ਪਾਰਟਿਸਪੇਟ ਕੀਤਾ। ਔਰ ਮੈਡਮ ਜਿੱਦਾਂ ਕਿ ਸਰ ਹੋਰਾਂ ਨੇ ਕਰਮਜੀਤ ਸਿੰਘ ਜੀ ਜਿਹੜੇ ਖੁਦ ਬੜੇ ਕ੍ਰੀਏਟਿਵ ਸੀਗੇ ਔਰ ਪ੍ਰਿੰਸੀਪਲ ਮੈਡਮ ਅਤੇ ਡਾਇਰੈਕਟਰ ਮੈਡਮ ਮਿਲ ਕੇ ਹੁਣ ਵੀ ਸਕੂਲ ਨੂੰ ਉਚਾਈਆਂ 'ਤੇ ਲੈ ਕੇ ਜਾ ਰਹੇ ਆ ਬੱਚੇ, ਚਾਹੇ ਆਪਾਂ ਆਰਮੀ ਦੀ ਗੱਲ ਕਰ ਲਈਏ, ਚਾਹੇ ਆਪਾਂ ਹੋਰ ਫੀਲਡਾਂ ਦੀ ਗੱਲ ਕਰ ਲਈਏ, ਬਾਹਰਲੇ ਮੁਲਕਾਂ 'ਚ ਗੱਲ ਕਰ ਲਈਏ, ਪੰਜਾਬ ਪੁਲਿਸ ਦੀ ਗੱਲ ਕਰ ਲਈਏ, ਇੱਥੋਂ ਦੀ ਲੁਮਨਾ ਹੀ ਬੜੀ ਸਟਰੋਂਗ ਹੈਗੀ ਆ। ਮੈਡਮ ਕੀ ਕਹਿਣਾ ਚਾਹੋਗੇ? ਹਾਂਜੀ ਬਹੁਤ ਸਟਰੋਂਗ ਹੈ, ਹੁਣ ਵੀ ਸਾਡੇ ਕੋਲ ਬੱਚੇ ਜਦੋਂ ਆਉਂਦੇ ਆ ਬਹੁਤ ਵਧੀਆ ਉਹ ਸਾਡੇ ਪੈਰੀ ਹੱਥ ਲਾਉਂਦੇ ਆ ਜੀ, ਸਾਨੂੰ ਇੱਕ ਬਹੁਤ ਵਧੀਆ ਗੁਰੂ ਮੰਨਦੇ ਆ। ਇਹ ਸਾਨੂੰ ਇੱਥੋਂ ਮਤਲਬ ਸਾਰਾ ਕੁਝ ਮਿਲਿਆ, ਦੂਜੇ ਸਕੂਲਾਂ ਨਾਲ ਸਾਡਾ ਬਸ ਇਹੀ ਫਰਕ ਹੈ ਸਰ।
मैडम बहुत बहुत धन्यवाद थोड़ा समय देने। थैंक यू प्रिंसिपल मैडम, तुसी इस स्कूल दे विच अपनी जिंदगी दा बहुत बड़ा हिस्सा गुजारिया, स्कूल नू चाइयां ते लैके गए हो, जिहड़ा बच्चा एक बार आ जाता है वह चेन बनाउंदा, तुसी कदे ऐड नहीं की स्कूल की, तुहाडा मतलब ये है कि जिहड़ा बच्चा आऊगा साडा उही साडी ऐड आ, अगर वह जाके बाहर दसूगा कि इस स्कूल च वधिया पढ़ाई आ और फीसां जिहड़ियां घट हैगियां और इहदे च ग्रीनरी आ सारे पासे और इहदे च क्रिएटिविटी आ, इहदे च खेलां, इहदे विच कल्चरल एक्टिविटी आ, की कहना चाहोगे मैडम? सर मैं तो यह चाहनी हूँ भी पेरेंट्स साढ़े को बच्चों नूं भेजदे आ, चाहे कोई गरीब आ चाहे अमीर आ, जदों क्लास दे विच बच्चा आउंदा साढ़े लई उह सारे एक बराबर आ जी, क्योंकि आपां जदों हुण सरकारां एड्रैस लाउंदियां उत्थे आए हुंदा भी गरीबी अमीरी दा फर्क स्कूल दे विच ही पता लगदा। ठीक है जी, मेरा तो यही मतलब आ भी बच्चे आउण पढ़ के अगे वधण। हुण एक बच्चा मेरा स्टूडेंट अमेरिका चलिया गया, पहलां तां उहनां नूं बाबा फरीद दे विच सन्मानित किया गया, शायद मलूका साहब ने किया जी मैडम, हाँ मलूका साहब ने जी, उस तो बाद वो अमेरिका चले गए यूनीवर्सिटी के खर्चे से पढ़ने लई, फिर भी मैनू बच्चे ने उन्हें बस स्टैंड च अड़ीकिया भी मैडम आउणगे, फिर स्कूल दे विच आ गए सारे आपके रूम चैक करके मत्था टेक के फिर गए। की कहना चाहोगे कि तुसी खुद ने भी अपना बच्चा जिहड़ा इत्थे पढ़ाया और टेंथ तक वो इस स्कूल च पढ़िया, क्योंकि ये बहुत वड्डी गल हुंदी है जदों प्रिंसीपल आ जिहड़े आपके बच्चे बाहर पढ़ते हुंदे आ, तुसी आपके बच्चे नूं भी विद्या दान इस स्कूल च दवाया? हाँ जी सर, मेरा बच्चा 22 दिन दा सीगा जी, डिलीवरी होने तो पहला भी सर मैं 4 दिन ही पहला छुट्टी ली आ, मैनू स्कूल वाले ने कहा भी इतने रहना, तो उस तो बाद 22 दिन का मेरा बच्चा सी इतें ही तुरन लग्या रोन लग्या, मैडम ने सर ने आप चक के वो मैडम के बेटे तो मामा जी कहते हूँ भी इतने पढ़ाया मैं पूरे 12 साल जी, उस तो बाद 90% अंक लैके उन्होंने 10वीं पास की, फिर पंजाब को एजुकेशन बाघा पुराना चलाया, उत्थे ही बच्चा मेरा टॉपर ही है जी। मैडम की कहना चाहोगे कि इस स्कूल दे विच एक फैमिली एटमोसफेयर आ, जिहड़ी डायरैक्टर मैडम आ उह तुहानूं अपने बच्चों नाल वध प्यार करती है, करमजीत सिंह जी सीगे उन्होंने भी कदे कोई थॉट नहीं रखी सी, तुसीं कोई परसनल प्रॉब्लम भी, करोना का औखा समा आया, लोगों ने प्रिंसीपल कढ़तियां, लोगों ने स्टाफ कढ़ते, पर यह विद्या दा दानी स्कूल चाहे औखा हुंदा रहा, बड़ा औखा सीगा पैसों का, पर उहदे बावजूद भी इन्होंने तुहानूं अपने नाल ही अटैच रखिया। हाँ जी सर, साडा सारा स्टाफ भी असी भी नाल ही आउंदे रहे, चाहे सानूं कोई पुलिस उत्थे घेरदी सी कुछ भी सी, मैं बहाना ला के भी ऑफिस जाना जी, रिकॉर्ड सांभना मैडम मेरी रह तो बिना कोई काम नहीं करते जी, चाहे अर्शदीप सिंह आ अपने स्कूल वाले मैडम के बेटे वह भी जी, असी लॉकडाउन के भी आए जी। मैडम की कहना चाहोगे कि लोगों के स्कूलों से धरने लगते थे फीसां दे लई, स्टाफ वाले बेचारे परेशान होंदे सी, पर ये स्कूल जिहड़ा वो एक फैमिली आ जिहदे विच बच्चों भी प्यार किया गया, उन्होंने दिनों प्रिंसीपल डायरैक्टर मैडम कहिंदी दसो कि किसी नूं लंगर चाहिए असीं वह भी मुहैया कराने, की कहना चाहोगे कि यह डिफरेंट आ, इस स्कूल कमरशलाइजेशन नहीं, इस स्कूल प्यार आ? हाँ जी सर बिल्कुल बिल्कुल सर, सानूं लॉकडाउन के भी कोई प्रॉब्लम नहीं आई सर। मैडम की कहना चाहोगे कि जिस तरीके दे नाल ये स्कूल का पढ़िया बच्चा दूरों दिख जाता, उहदे च वैल्यूज़ आ, उहनू एक इंसान बनाया जाता, उहनू उग्गर नहीं बनाया जाता, उहनू दस्या जाता भी नहीं बेटा आपां जिंदगी दे विच माँ बाप की सेवा करनी है, उच्ची बोलना नहीं वाला, जंक फूड्स तो जिवें हुण मैडम अजकल जंक फूड ते बड़ा टाइम लाउंदे भी जंक फूड नहीं खाना भाई, तुसीं वाला मोबाइल नहीं देखना गा, एक्सरसाइजां करनी आ, माँ बाप का कहना मनना, ये स्कूल वैल्यूज़ दिंदा ना? हाँ जी सर, बच्चों को कही फोन की वरतों घट करो, बाकी बच्चों अपनी जेब देख के चलना चाहिए, भी सधारण जिंदगी जो कदे तुसीं भुखा ना मिलोगे, आप कहने पछम का प्रभाव अपने ते पै चुका, अपने पंजाब ते भी पै गया जी, पर इन्हां तो दूर रहो, क्यों सर मैं खुद इन्हां गल्लां तो दूर हाँ जी, प्रिंसीपल होके भी सर मेरे को सिंपल सधारण फोन आ छोटा, जिहड़े मेरे EPF दे मैसेज जां दूजे आने तुसीं देखोगे मेरे को फोन आ, मेरे बेटे वाला फोन जरूर आ, क्यों बच्चों का वर्क आ, देखो जी अपने बच्चे भी बच्चों भी असी घर घर जाके नोटबुक चैक किए, चाहे सानू प्रॉब्लम आई असी यही किया भी सानू करोना हो जूगा ना जी, आ बस्ती अपने को इतने बुलाए जा सकते हैं, पर उन्होंने असी घर घर जाके नोटबुक्स लिया वर्क देंगे। दर्शको अगर कोई तुसी नया सैशन आ रहा बच्चे नीह मजबूत करनिया वो वाइट सीमेंट भरना थोड़ा मतलब है कि साडा बच्चा अच्छा इंसान बन के निकले, तो तुसी हुणे देर ना करो प्ले वे तो ला के स्कूल चालू आ, मैडम की कहना चाहोगे? हाँ जी सर, असी कहने भी बच्चे पढ़न वध तो वध बच्चे साढ़े को आउण जी, और प्ले वे तो हुण एडमिशन चालू आ। हाँ जी हाँ जी, स्टार्टिंग सर इहदा सारा दिन ही चली है छोटे बच्चों की, एडमिशन तो सारा साल ही चलती है जी छोटे बच्चे, मतलब वैसे चलो आ हुण दिसंबर नवंबर का महीना आ गया और एडमिशन चालू आ, छोटे बच्चे जिहड़े भी बच्चे पेरेंट्स दाखला देना चाहुण वो एक बार आके स्कूल में विजिट कर लैन, दो तीन देखन बच्चे नू, चाहे एक अद्धा डम्मी क्लास भी लगा सकते हैं, तो तुसीं इत्थे आके बच्चे नू अपने नू करवाओ, तुहानू एक फैमिली एटमोसफेयर मिलेगा, तुहानू 33 साल का मैडम का एक्सपीरियंस और नाल भैन का साडी का लंबा एक्सपीरियंस एज ए प्रिंसीपल, मैडम बहुत बहुत धन्यवाद तुहाडा।
थैंक यू सर। बीजे तुसी भी इत्थे टीचर हो, की कहना चाहोगे कि इत्थों दा एटमोसफियर, इत्थों दे डायरेक्टर मैडम, इत्थों दे प्रिंसीपल, उन्होंने बहुत ग्रेसफुली इस चीज़ नूं कीता गा। ज्वाइनिंग जिहड़ी सीगी इत्थे 2014 दे विच होई सीगी, ठीक है जी। मैं एक फ्रेश एम ए करके फ्रेश टीचर जब आया सीगा, बी एड मेरी क्लीयर हो गई सीगी। इन्हां ने मैनूं घर जाके चैलेंज किया भी तुसीं साडे स्कूल च आओगे। मैं कहा चल मैनूं मौका मिलता भी टीचर बन दा। जो मैं इत्थे आया करमजीत सिंह जोगा जिहड़े सीगे उन्हां नाल मैनूं बहुत ज़्यादा सपोर्ट मिली, मैडम प्रिंसीपल की सपोर्ट मिली, जो अज मैं 8-9 सालों के जो कुछ स्कूल चु भी सीखा मैं किसी होर स्कूल चू नहीं सकता गा, ठीक है जी। जे बच्चों की गल करिए, बच्चे मेरा मैनू कि टीचर थोड़ा घट भी माँ प्यो भरा ज़्यादा समझते भी ये साढ़े नाल हरेक सपोर्ट मनी जाती है भी माँ प्यो सपोर्ट घट करते असं उन्होंने सपोर्ट वध करते हैं भी जेकर कोई कंपीटिशन लड़ना है जां कोई बाहर पेपर देन जाना कोई नवोदयां दा पेपर देन जाना जां कोई ऑनलाइन काम हुंदा है जां किसी भी प्रकार की कोई परेशानी होंदी है जे मेरे कोलों भी जे 4 पैसे चल जाए तो मैं बच्चों तो मंगदा नहीं गा भी तुसीं आपदी लाइफ बनाओ घट्टो घट्ट मेरे आने तो पहला बच्चे नवोदयां दे विच अज मेरे हिसाब नाल जी गिनती है तो 28 बच्चे साढ़े नवोदय स्कूल चले गए है। हाँ जी हाँ जी 28 बच्चे साढ़े चले गए है। मैं ऑनलाइन काम करदा सारिआं ते, मैं बोर्ड दीआं क्लासां दा बच्चिआं दा डाटा दा हुण भी मैं डूजटाइज दा काम करदा सीगा। मैं उठ के आया मैं कहा भी मैं देखा कि कहना है भी चलो मैनूं बहुत ज़्यादा स्कूल ने देन दित्ती है जी भी जिहड़ा मैं एक गरीब परिवार चों उठ के मैं इन्ना जाण पछाण मेरी हुई गांह पछाह मैनूं करदे है मैं गांह पछाह मीटिंगां दे विच जाणा है बहुत कुछ मैनूं पता लग्गिआ मैं थोड़ा जिहा स्कूल दे विच तां करके रह रहा ये स्कूल जी दा जिहड़ा एक वारी जुड़ गया वो जुड़े रहिंदा। माता की कहना चाहेंगी 14 साल दा तू इस स्कूल च सेवा कर रही हाँ और जिहड़ी इत्थों दी डायरैक्टर मैडम आ वह तो एक रब दा रूप ही आ, वह हमेशा यही आ कि मैं अपने जिहड़े मेरे नाल काम कर रहे हैं वह मेरे अपने परिवार ही आ। हाँ जी मैं तो रही परिवार वागू मैं बहुत जाने की मानता सारे टीचर भी बहुत समझते आप भी मैडम बहुत कर दें मेरा हटा जी नहीं करता। क्रिएटिव सारे टीचर्स और भैन सारिया भैनों का स्वागत है भाई साढ़े स्पैशल शो च। हाँ जी सारे जी सत श्रीकाल। ये साडा ऑफिस आ इत्थे जिहड़ा लैब का जी वर्क हुंदा कोई भी क्लैरिकल वर्क हुंदा उधर जी साडा प्रिंसीपल मैम का ऑफिस आ जी उपर जिहड़ी साइंस लैब आ ये साडा जिहड़ा प्ले वे रूम आ जिहड़ा कि प्री नर्सरी लई बच्चे इत्थे बैठदे आ छोटे बच्चे इन्हों रिटन वर्क नहीं करवाया जाता जी प्ले वे तरीके ही जोड़ा स्टडी की स्टार्टिंग है जी करवाई जाती है तो उन बच्चों कुछ क भी खेडा भी रखी गई बॉल्स आ कारटून आ जी तो वो जो बच्चे खेडते इतने इंजॉयमेंट करते। हाँ जी ये साड़ी जी कंप्यूटर लैब आ जी आज अंदरों दिखाने जी ये कंप्यूटर टीचर है जी बच्चे वीक च जी डिवाइड किए होंगे जिमें फस्ट वीक च भी 2-3 दिन क्लासरूम ही चलते फिर बच्चों लैब च लैके आने जिहड़ा कि इत्थे प्रैक्टिकल करवाया जाता यही हैगा भी कल्ला थ्यूरी ते जोर दिता जाता नाल नाल जो इन्हां नूं थ्यूरी च करवाने प्रैक्टिकल भी करवाया जाता। हाँ जी ये जिहड़ी है जी 6th क्लास अपनी बहुत वधिया क्लासरूम जी जा वधिया खुले है जी ये जिहड़े मैथ टीचर आ साइंस टीचर आ जी बच्चों टीच करवा रहे हैं जी ये जिहड़ा है प्लेग्राउंड आ जी स्कूल का जिहड़े इत्थे जी झूले भी लगे हुए आ ते इत्थे बच्चों जे ओरल वर्क करवाउणा रिसेस टाइम जी रनिंग करवाउणी आ गेम पीरियड आ जिहड़ा लवाया जांदा जिवें कोई भी एथलैट मीट आउंदे आ जी उह करवाउंदे आ जिवें हुण चिल्ड्रन डे ते करवावांगे जी बच्चों दियाँ रनिंग होंगी है जी रस्सा कसी दियाँ होंदियाँ होर भी गेम्स पार्टीसपेट करते हैं जी। हाँ जी ये जी 10th क्लास है जी साड़ी इतने इन्हों का पंजाबी का पीरियड चल रहा जी जो कि साढ़े प्रिंसीपल मैम मिसिज मनिंदर कौर सिद्धू जी ये करवाते हैं ये आप टीच करवाते हैं जी ये नहीं है भी ऑफिस से आवगे तो वर्क करके चले जाएंगे खुद क्लासा लेंगे जी। हाँ जी ये हैगी जी साड़ी UKG क्लास है जी इन बच्चों का पंजाबी के पीरियड चल रहा तो जो कि बच्चे लैसन रीड कर रहे हैं जी इन्हों प्रोपर साउंड दसाया जाता जी। हाँ जी ये है साड़ी नर्सरी क्लास जी जे कि वीरपाल मैम टीच करते हैं जी इन्हों सैकेंड क्लास है जी बच्चों का लंच टाइम चल रहा तो इन्हों का लंच टाइम जी प्रॉपर चेक हों लंच इन्हों का तो टीचर्स आप लंच है जो लंच बॉक्स ओपन करके देंगे
ਤਾਂ ਕਿ ਬੱਚਿਆਂ ਨੂੰ ਪੂਰਾ ਡਾਈਟ ਦੀ ਜੀ ਕੇਅਰ ਕੀਤੀ ਜਾਂਦੀ ਹੈ। ਹਾਂਜੀ ਆਪਣੀ ਫੋਰਥ ਕਲਾਸ ਆ ਜੀ, ਜਿਨ੍ਹਾਂ ਦਾ ਪੀਰੀਅਡ ਚੱਲ ਰਿਹਾ ਜੀ ਸਿਕੰਦਰ ਸਰ ਟੀਚ ਕਰਦੇ ਆ, ਆਰਟ ਐਂਡ ਕਰਾਫਟ ਦਾ ਇਹਨਾਂ ਦਾ ਚੱਲ ਰਿਹਾ ਜੀ। ਹਾਂਜੀ ਇਹ ਆਪਣੀ ਹੈਗੀ ਫਿਫਥ ਕਲਾਸ, ਇਹਨਾਂ ਦਾ ਜੀ ਇੰਗਲਿਸ਼ ਦਾ ਪੀਰੀਅਡ ਚੱਲ ਰਿਹਾ, ਇਹਨਾਂ ਨੂੰ ਮਿਸਿਜ਼ ਲਖਵਿੰਦਰ ਕੌਰ ਮੈਮ ਜਿਹੜੇ ਟੀਚ ਕਰਵਾਉਂਦੇ ਆ ਜੀ। ਜਿਹੜਾ ਜੀ ਆਪਣਾ ਡੇਲੀ ਦਾ ਅਟੈਂਡੈਂਸ ਬੋਰਡ ਆ, ਜਿਹੜੀ ਇੱਥੇ ਟੋਟਲ ਕਲਾਸਾਂ ਦੀ ਅਟੈਂਡੈਂਸ ਡੇਲੀ ਲੱਗਦੀ ਹੈ ਜੀ, ਜਿਹੜੀ ਈ ਪੰਜਾਬ 'ਤੇ ਆ, ਫਿਰ ਇੱਥੋਂ ਹੀ ਅਟੈਂਡੈਂਸ ਚੱਕ ਕੇ ਲਾਈ ਜਾਂਦੀ ਹੈ, ਤਾਂ ਕਿ ਸਾਨੂੰ ਸਾਰਿਆਂ ਨੂੰ ਜੀ ਪ੍ਰਿੰਸੀਪਲ ਮੈਮ ਨੂੰ ਸਪੈਸ਼ਲ ਪਤਾ ਲੱਗਦਾ ਰਹਿੰਦਾ ਵੀ ਟੋਟਲ ਸਟੂਡੈਂਟ ਅੱਜ ਕਿੰਨੇ ਐਬਸੈਂਟ ਆ, ਕਿੰਨੇ ਪ੍ਰੈਜੈਂਟ ਚੱਲ ਰਹੇ ਆ, ਰੀਜ਼ਨ ਕੀ ਆ। ਫਿਰ ਬਕਾਇਦਾ ਜੀ ਪੇਰੈਂਟਸ ਨੂੰ ਕਾਲ ਕੀਤੀ ਜਾਂਦੀ ਵੀ ਤੁਹਾਡੇ ਬੱਚੇ ਐਬਸੈਂਟ ਕਿਉਂ ਆ, ਜਿਵੇਂ ਵੀ ਅਜੇ ਡਿਟੇਲ ਪ੍ਰੋਪਰ ਲਈ ਜਾਂਦੀ ਹੈ। ਫਿਰ ਇਹ ਹੈਗੀ ਆਪਣੀ 8th ਕਲਾਸ ਜੀ, ਇਹਨਾਂ ਦਾ SST ਦਾ ਪੀਰੀਅਡ ਚੱਲ ਰਿਹਾ, ਜਿਹੜੇ ਕਿ ਮਿਸਟਰ ਜਵਰਾਜ ਸਰ ਵੀ ਟੀਚ ਕਰਦੇ ਆ, ਇਹਨਾਂ ਨੂੰ ਇਹਨਾਂ ਵੱਲ ਪ੍ਰੋਪਰ ਧਿਆਨ ਦਿੱਤਾ ਜਾਂਦਾ ਜੀ, ਕੇਅਰ ਕੀਤੀ ਜਾਂਦੀ ਆ, ਚੈਪਟਰ ਰੀਡ ਕਰਵਾਏ ਜਾਂਦੇ ਆ ਜੀ, ਫਿਰ ਇਹਨਾਂ ਨੂੰ ਰਿਟਨ ਵਰਕ ਦਿੱਤਾ ਜਾਂਦਾ, ਮੈਪ ਕਰਵਾਏ ਜਾਂਦੇ ਆ ਜੀ। ਹੁਣ ਅਸੀਂ ਗੱਲ ਕਰ ਰਹੇ ਹਾਂ ਸਕੂਲ ਦੇ ਬੈਕਬੋਨ ਦੇ ਨਾਲ, ਜਿਹੜੇ ਕਿ ਰੀੜ ਦੀ ਹੱਡੀ ਆ ਸਕੂਲ ਦੀ, ਔਰ ਅੰਕਲ ਹੋਰਾਂ ਨੇ ਜਿਨ੍ਹਾਂ ਨੇ ਬੂਟਾ ਲਾਇਆ ਉਹਨਾਂ ਦੇ ਬੇਟੇ ਨੇ, ਔਰ ਐਜ਼ ਏ ਮੈਨੇਜਰ ਔਰ ਐਜ਼ ਏ ਆਲਰਾਊਂਡਰ ਸਾਰਾ, ਜਾਂ ਜੋ ਵੀ ਬੱਸਾਂ ਦਾ ਹੈ, ਜੋ ਵੀ ਟੀਚਰਾਂ ਦਾ ਹੈਗਾ, ਕੋਈ ਰੱਖਣੇ ਟੀਚਰ ਕੋਈ ਕਰਨੇ, ਸਾਰੀ ਸੇਵਾ ਇੱਥੇ ਕਰਦੇ ਨੇ। ਵੀਰ ਜੀ ਸਵਾਗਤ ਆ ਤੁਹਾਡਾ। ਹਾਂਜੀ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਅੱਜ, ਜੋ ਅੱਜ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਇੱਥੇ ਸਕੂਲ 'ਚ ਆਏ ਹੋ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਇਹ ਸਕੂਲ ਜਿਹੜਾ ਪਾਪਾ ਨੇ ਇਸ ਏਮ ਨਾਲ ਖੋਲਿਆ ਸੀਗਾ ਕਿ ਮੈਂ ਵਿੱਦਿਆ ਦਾ ਦਾਨ ਦੇਣਾ, ਹਮੇਸ਼ਾ ਉਹ ਕਾਮਰੇਡ ਬੰਦੇ ਸੀਗੇ, ਉਹਨਾਂ ਨੇ ਰਾਈਟਿੰਗਾਂ ਵੀ ਕੀਤੀਆਂ, ਬਹੁਤ ਮਿਹਨਤਾਂ ਕੀਤੀਆਂ, ਘਾਲਣਾ ਘਾਲੀਆਂ, ਪਰ ਉਹ ਸੱਚੇ ਸੁੱਚੇ ਬੰਦੇ ਸੀ। ਉਹ ਕਹਿੰਦੇ ਮੈਨੂੰ ਕੋਈ ਬੇਵਕੂਫ ਨਾ ਬਣਾਵੇ, ਮੇਰਾ ਸਿੱਧੀ ਗੱਲ ਕਰੇ ਤਾਂ ਮੇਰੇ ਤੋਂ ਜੋ ਮਰਜ਼ੀ ਲੈ ਲੇ। ਹਾਂਜੀ 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 ਬਿਲਕੁਲ, ਜਿੱਦਾਂ ਤੁਸੀਂ ਕਿਹਾ ਉਹੀ ਗੱਲ ਸੀਗੀ ਉਹਨਾਂ ਦੀ, ਸੱਚੇ ਸੁੱਚੇ ਇਨਸਾਨ ਸੀ ਜੀ, ਠੀਕ ਹੈ। ਉਹਨਾਂ ਨੇ ਜਸਟ ਜਦੋਂ ਇਹ ਮੈਨੂੰ ਛੋਟੇ ਮੈਨੂੰ ਦੱਸਦੇ ਹੁੰਦੇ ਹੁਣ ਵੀ, ਜਦੋਂ ਇਹ ਸੰਸਥਾ ਸ਼ੁਰੂ ਹੋਈ ਸੀ ਤਾਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਵੀ ਇੱਥੇ ਕੋਈ ਅਮੀਰ ਗਰੀਬ ਜਿੰਨੇ ਵੀ ਬੱਚੇ ਆ, ਜੋ ਫੀਸ ਨਹੀਂ ਭਰ ਸਕਦਾ ਭਰ ਸਕਦਾ, ਵੀ ਸਿੱਖਿਆ ਸਭ ਨੂੰ ਦੇਣੀ, ਵੀ ਸਿੱਖਿਆ ਤੋਂ ਨਾ ਕੋਈ ਵਾਂਝਾ ਰਹੇ ਬੰਦਾ। ਉਹੀ ਗੱਲ ਅੱਜ ਇੱਥੇ ਚੱਲ ਰਹੀ ਹੈ ਜੀ, ਅਤੇ ਜਿੰਨੀਆਂ ਵੀ ਆਪਾਂ ਕੋਈ ਹਰੇਕ ਵਰਗ ਦਾ ਸਾਡੇ ਕੋਲ ਬੱਚਾ ਜੀ, ਅਤੇ ਹਰੇਕ ਵਰਗ ਦੇ ਨਾਲ ਅਸੀਂ ਉਵੇਂ ਚੱਲ। ਸਰ ਚੌਹਾਂ ਵਰਨਾਂ ਦਾ ਸਾਂਝਾ ਸਕੂਲ ਆ, ਸਾਰੇ ਤਿਉਹਾਰ ਮਨਾਏ ਜਾਂਦੇ ਆ, ਹਿੰਦੂ ਸਿੱਖ ਮੁਸਲਿਮ ਈਸਾਈ ਸਾਰੇ ਭਰਾਵਾਂ ਵਾਂਗੂ ਇੱਥੇ ਰਹਿੰਦੇ ਆ। ਦੀਵਾਲੀ ਦਾ ਹੁਣ ਪਵਿੱਤਰ ਤਿਉਹਾਰ ਆ ਰਿਹਾ ਹੈਗਾ, ਉਹ ਵੀ ਸਾਰੇ ਬੱਚਿਆਂ ਨੇ ਮਿਲ ਕੇ ਮਨਾਉਣਾ, ਦੁਸਹਿਰਾ ਜਾ ਕੇ ਹਟਿਆ, ਲੋਹੜੀ ਆਉਣੀ ਹੈਗੀ ਆ, ਗੁਰਪੁਰਬ ਆਉਣਾ ਹੈਗਾ, ਹਰ ਚੀਜ਼ ਦੇ ਵਿੱਚ ਜਿਹੜੇ ਬੱਚੇ ਆ ਇਕੱਠੇ ਮਿਲ ਕੇ ਵਾਹਿਗੁਰੂ ਦਾ ਨਾਮ ਵੀ ਇਕੱਠਿਆਂ ਨੇ ਲੈਣਾ, ਔਰ ਇਹ ਸਕੂਲ ਜਿਹੜਾ ਇੱਕ ਖੁਸ਼ਬੂ ਆ ਸਕੂਲ, ਜਿਹੜਾ ਸਾਰੇ ਬੱਚੇ ਮਿਲ ਕੇ ਟੀਚਰ ਮਿਲ ਕੇ, ਔਰ ਜਿਹੜੇ ਡਾਇਰੈਕਟਰ ਮੈਡਮ ਤੁਹਾਡੇ ਮਾਤਾ ਜੀ, ਜਿਨ੍ਹਾਂ ਨੇ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ, ਉਹਨਾਂ ਦੀ 65 ਸਾਲ ਦੀ ਏਜ਼ ਹੋਗੀ ਲੇਕਿਨ ਉਹਦੇ ਬਾਵਜੂਦ ਵੀ ਉਹ ਸੇਵਾ ਕਰਦੇ ਨੇ। ਹਾਂਜੀ 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 ਬਿਲਕੁਲ ਬਿਲਕੁਲ, ਇਹ ਗੱਲ ਇਹ ਜਿਹੜੀਆਂ ਤੁਸੀਂ ਗੱਲਾਂ ਹੁਣ ਕਹਿ ਰੱਖੀਆਂ ਆ, ਵੀ ਜੋ ਉਹਨਾਂ ਨੇ ਦੇਖੋ ਉਹਨਾਂ ਦੀ ਵੀ ਸਾਰੀ ਲਾਈਫ ਬੱਚਿਆਂ ਦੇ ਵਿੱਚ ਗਈ ਹੈ, ਨਿਕਲੀ ਹੈ, ਅਤੇ ਸਾਡੇ ਫਾਦਰ ਸਾਹਿਬ ਤਾਂ ਇਹ ਸੀਗੇ ਸ਼ੁਰੂ ਤੋਂ ਜਿਨ੍ਹਾਂ ਨੇ ਇੱਥੇ ਇਸ ਸੰਸਥਾ ਦਾ ਸੰਸਥਾ ਦੀ ਸ਼ੁਰੂਆਤ ਕੀਤੀ ਸੀ, ਅਤੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਜਿਹੜੇ ਕਹੇ ਹੋਏ ਜਿਹੜੇ ਸ਼ਬਦ ਆ ਉਹਨਾਂ ਦੇ ਨਾਲ ਹੀ ਅਸੀਂ ਸਕੂਲ ਅੱਜ ਚਲਾ ਰਹੇ ਹਾਂ, ਜਿਵੇਂ ਉਹਨਾਂ ਨੇ ਉਹ ਕਹਿ ਕੇ ਗਏ ਸੀ ਸਾਨੂੰ, ਉਸ ਤਰੀਕੇ ਨਾਲ ਹੀ ਅੱਜ ਅਸੀਂ ਉਹਨਾਂ ਨੂੰ ਕਰ ਰਹੇ ਹਾਂ। ਮਤਲਬ ਇਹ ਸਕੂਲ ਇਹ ਮੰਨੀਏ ਵੀ ਉਹਨਾਂ ਨੂੰ ਉਹਨਾਂ ਦੀ ਜੋ ਉਹਨਾਂ ਦੀ ਸੋਚ ਸੀਗੀ ਉਹਦੇ 'ਤੇ ਪਹਿਰਾ ਉਹਨਾਂ ਦਾ ਬੇਟਾ ਦਊਗਾ ਔਰ ਹਮੇਸ਼ਾ ਸੇਵਾ ਕਰੂ। ਹਾਂਜੀ ਹਾਂਜੀ ਬਿਲਕੁਲ, ਦੇਖੋ ਪਹਿਰਾ ਦਾ ਦੇਖੋ ਸਾਡੇ ਜਿਹੜੇ ਸਭ ਤੋਂ ਵੱਧ ਤਾਂ ਮੇਨ ਜਿਹੜੇ ਸਾਡੇ ਬੋਨ ਹੈ ਟੀਚਰਸ ਨੇ, ਸਾਰੇ ਸਾਡੇ ਬੱਚੇ ਨੇ, ਠੀਕ ਹੈ, ਟੀਚਰ ਸਭ ਇਹ ਸਾਰਾ ਕੁਛ ਟੀਚਰ 'ਤੇ ਡਿਪੈਂਡ ਹੈ, ਸਾਡੇ ਟੀਚਰ ਬਹੁਤ ਮਿਹਨਤੀ ਹੈ ਜੀ, ਜਿੰਨੇ ਕਹਿ ਦਈਏ, ਅਤੇ ਹਰ ਵਰਗ ਦੇ ਵਿੱਚ ਹਰ ਖੇਤਰ ਦੇ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੈ, ਅਤੇ ਉਹਨਾਂ ਦੇ ਨਾਲ ਹੀ ਜਿਹੜਾ ਬੱਚਿਆਂ ਦਾ ਫਿਊਚਰ ਹੈ ਉਹ ਜੁੜਿਆ ਹੋਇਆ, ਅਤੇ ਇਸ ਦੇ ਨਾਲ ਹੀ ਸਭ ਕੁਛ ਉਹ ਟੀਚਰਾਂ ਦੀ ਦੇਣ ਹੈ ਸਾਰਾ ਕੁਛ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਹੁਣ ਸਾਡੇ ਨਾਲ ਆ ਇਸੇ ਸਕੂਲ ਦੀ ਕ੍ਰਿਏਟਿਵ ਬੱਚੀ ਸੰਗੀਤਾ, ਜਿਹੜੀ ਕਿ ਗ੍ਰੈਂਡ ਫਾਈਨਲ 'ਚ ਪਹੁੰਚ ਚੁੱਕੀ ਹੈਗੀ ਆ, ਕਿਸਮੇ ਕਿਤਨਾ ਦਮ ਦੂਰਦਰਸ਼ਨ ਦਾ ਜਿਹੜਾ ਇੱਕ ਪ੍ਰੋਗਰਾਮ ਹੈ। ਸੰਗੀਤਾ ਬੇਟਾ ਕੀ ਕਹਿਣਾ ਚਾਹੋਗੇ ਕਿ ਇਹਦੇ ਵਿੱਚ ਕਿਹਦਾ ਰੋਲ ਆ ਸਭ ਤੋਂ ਜ਼ਿਆਦਾ? ਸਰ ਤੁਹਾਡਾ ਵੈਲਕਮ ਇੱਥੇ ਆਉਣ ਨੂੰ ਮੇਰੇ ਲਈ, ਅਤੇ ਮੈਂ ਹੁਣ ਗ੍ਰੈਂਡ ਫਾਈਨਲ 'ਤੇ ਪਹੁੰਚ ਚੁੱਕੀ ਹਾਂ ਆਪਣੇ ਮਾਤਾ ਪਿਤਾ ਅਤੇ ਟੀਚਰਸ ਵਗੈਰਾ ਨਾਲ ਸਹਿਯੋਗ ਦੇ ਨਾਲ ਗ੍ਰੈਂਡ ਫਾਈਨਲ 'ਤੇ ਪਹੁੰਚ ਚੁੱਕੀ ਹਾਂ ਮੈਂ। ਕਹਿਣਾ ਚਾਹੋਗੇ ਕਿ ਸੰਗੀਤਾ ਜੀ ਕਿ ਇਸ ਸਕੂਲ ਦੇ ਵਿੱਚ ਪੜ੍ਹਾਈ ਇਹੋ ਜਿਹੀ ਆ, ਉਹਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼, ਉਹਦੇ ਨਾਲ ਨਾਲ ਵੈਲਿਊਜ਼, ਜਿਹਦੇ ਨਾਲ ਬੱਚਾ ਇੱਕ ਪਰਫੈਕਟ ਬੱਚਾ ਬਣਦਾ, ਔਰ ਉਹ ਸਕੂਲ ਦਾ ਬਹੁਤ ਵੱਡਾ ਰੋਲ ਆ ਤੁਹਾਡੇ ਗ੍ਰੈਂਡ ਫਾਈਨਲ 'ਚ ਪਹੁੰਚਣ ਦਾ? ਬਹੁਤ ਵੱਡਾ ਰੋਲ ਆ ਸਾਡੇ ਸਕੂਲ ਦਾ। ਕੁਛ ਕਰਨ ਬਾਬਾ, ਅਤੇ ਮੈਂ ਕੁਸ਼ਤੀ ਖੇਡਦਾ, ਮੇਰੇ ਕੋਸਰਾ ਨਾਮ ਸੁਖਮਿੰਦਰ ਸਿੰਘ ਹੈ, ਅਤੇ ਉਹਨਾਂ ਦੇ ਸਹਿਯੋਗ ਨਾਲ ਹੀ ਮੈਂ 4th ਨੰਬਰ ਪ੍ਰਾਪਤ ਕੀਤਾ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਗਦੀਪ ਸਿੰਘ ਹੈ ਅਤੇ ਮੈਂ ਰੈਸਲਿੰਗ ਦਾ ਪਲੇਅਰ ਹਾਂ। ਮੈਂ ਆਪਣੇ ਸੁਖਮਿੰਦਰ ਕੌਰ ਸਾਹਿਬ ਅਤੇ ਸਾਹਿਬਾਨ ਟੀਚਰ ਸਾਹਿਬਾਨਾਂ ਦੇ ਸਹਿਯੋਗ ਨਾਲ ਹੀ ਮੈਂ ਥਰਡ ਨੰਬਰ ਪ੍ਰਾਪਤ ਕੀਤਾ ਅਤੇ ਮੇਰੇ ਕੋਚ ਸਾਹਿਬ ਸੁਖਮਿੰਦਰ ਸਿੰਘ ਉਹਨਾਂ ਦੀ ਹਾਈ ਕੁਆਲ ਮਿਹਨਤ ਨਾਲ ਹੀ ਮੈਂ ਇੱਥੋਂ ਤੱਕ ਪਹੁੰਚਾਂ। ਨੇ ਦੋਨੇ ਕ੍ਰੀਏਟਿਵ ਡਰਾਈਵਰ ਜਿਹੜੇ ਸਕੂਲ ਦੇ ਵਿੱਚ ਵੈਨਾਂ ਚਲਾਉਂਦੇ ਨੇ, ਸੇਵਾ ਕਰਦੇ ਨੇ। ਬਾਈ ਜੀ, ਕੀ ਕਹਿਣਾ ਚਾਹੋਗੇ ਕਿ ਇਹ ਸਕੂਲ ਦੇ ਤੁਸੀਂ ਮੈਂਬਰ ਹੀ ਹੋ, ਆਪਣਾ ਨਾਮ ਵੀ ਦੱਸੋ ਅਤੇ ਸਾਡੇ ਦਰਸ਼ਕਾਂ ਦੇ। ਮੇਰਾ ਨਾਮ ਗੁਰਮੁਖ ਸਿੰਘ ਜੀ, ਪਿੰਡ ਲੰਮਾ ਵਾਲਾ, ਅਤੇ ਮੈਂ ਇਸ ਸਕੂਲ ਦੇ ਵਿੱਚ ਡਿਊਟੀ ਕਰਦੇ 15 ਸਾਲ ਹੋ ਚੁੱਕੇ ਨੇ। ਔਰ ਇਹ ਸਕੂਲ ਘਰ ਵਾਂਗੂ ਹੀ ਲੱਗਦਾ? ਮੇਰਾ ਆਪਣੇ ਘਰ ਹੀ ਆ ਜੀ ਇੱਕ ਹਿਸਾਬ ਦਾ। ਔਰ ਬੱਚਿਆਂ ਨੂੰ ਜਿਵੇਂ ਤੁਸੀਂ ਪ੍ਰੇਮ ਨਾਲ ਲੈ ਕੇ ਆਉਂਦੇ, ਬੱਚੇ ਵੀ ਆਪਣੇ? ਹਾਂਜੀ ਹਾਂਜੀ, ਬੱਚੇ ਵੀ ਆਪਣੇ ਪ੍ਰੇਮ ਨਾਲ ਬਹੁਤ। ਸਤਿ ਸ਼੍ਰੀ ਅਕਾਲ ਜੀ, ਇਹ ਸਕੂਲ ਜੀ ਸਾਨੂੰ 15 ਸਾਲ ਹੋ ਗਏ ਕੰਮ ਕਰਦਿਆਂ ਨੂੰ। ਇਹ ਸਾਡਾ ਨਾ ਸੰਸਥਾ ਹੈ ਜਿਹੜੀ ਬਹੁਤ ਹੀ ਜਿਹੜੇ ਗਰੀਬ ਮੱਧ ਪਰਿਵਾਰ ਦੇ ਬੱਚੇ ਹੈ ਉਹਨਾਂ ਵਾਸਤੇ ਬਹੁਤ ਸਹੀ ਰੱਖਦਾ ਬਈ, ਬਹੁਤ ਘੱਟ ਖਰਚਾ। ਸਾਡੀਆਂ ਵੈਣਾਂ ਵੇਖੋ ਜੋ ਨਵੀਆਂ, ਇੱਦੂ ਘੱਟ ਹੋਰ ਕੋਈ ਖਰਚਾ ਨਹੀਂ ਗਾ। ਸਾਡੇ ਜਿਹੜੇ ਬੱਚੇ ਆ ਸਾਡੇ ਆਪਦੇ ਹੀ ਆ, ਪਰਿਵਾਰ ਦੇ ਬੱਚੇ ਆ ਜੀ।